ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ ਜੀ ਸਾਡੀ YouTube ਚੈਨਲ ਹਰੀਕਾ ਜੋਬ ਅਲਰਟ ਤੇ ਦੋਸਤੋ ਜੇਕਰ ਤੁਸੀਂ ਚੈਨਲ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ ਹਰ ਨਵੀਂ ਅਪਡੇਟ ਦੇ ਲਈ ਦੋਸਤੋ ਅੱਜ ਦੀ ਵੱਡੀ ਅਪਡੇਟ ਲੈ ਕੇ ਆਏ ਆਂ ਡਿਪਾਰਟਮੈਂਟ ਆਫ ਕੋਆਪਰੇਸ਼ਨ ਪੰਜਾਬ ਵੱਲੋਂ ਤੇ ਇਹ ਦੋਸਤੋ ਨੋਟਿਸ ਜਾਰੀ ਕੀਤਾ ਗਿਆ ਹੈ ਆਫਿਸ ਆਫ ਰਜਿਸਟਰਾਰ ਕੋਆਪਰੇਟਿਵ ਸੁਸਾਇਟیز ਪੰਜਾਬ ਚੰਡੀਗੜ੍ਹ ਵੱਲੋਂ ਤੇ ਦੋਸਤੋ ਤੁਹਾਨੂੰ ਪਤਾ ਵੀ 320 ਪੋਸਟਾਂ ਇੰਸਪੈਕਟਰ ਕੋਆਪਰੇਟਿਵ ਸੁਸਾਇਟیز ਦੀ ਜਿਹੜੀ ਭਰਤੀ ਅੰਡਰ ਪ੍ਰੋਸੈਸ ਅੰਡਰ ਪ੍ਰੋਸੈਸ ਹੈ ਤੇ ਇਹਦੇ ਵਿੱਚ ਜਿਹੜੀ ਫਸਟ 라ਉਂਡ ਆਫ ਕਾਉਂਸਲਿੰਗ ਹੋਈ ਸੀ ਉਹ ਹੋਈ ਸੀ ਦੋਸਤੋ 17/7/2023 ਤੋਂ 19/7/2023 ਤਾਂ ਇਹਦੇ ਵਿੱਚ ਜਿਹੜੇ ਵੀ ਸ਼ਾਰਟਲਿਸਟਡ ਕੈਂਡੀਡੇਟਸ ਸੀਗੇ ਉਹ ਕਾਉਂਸਲਿੰਗ ਦੇ ਲਈ ਸੱਦੇ ਗਏ ਸੀਗੇ 320 ਪੋਸਟਾਂ ਦੇ ਲਈ ਇਨਸਪੈਕਟਰ ਕੋਆਪਰੇਟਿਵ ਸੁਸਾਇਟੀਆਂ ਦੇ ਲਈ ਤਾਂ ਇਹਦੇ ਵਿੱਚ ਜਿਹੜੇ ਕੈਂਡੀਡੇਟ ਫਸਟ 라ਉਂਡ ਆਫ ਕਾਉਂਸਲਿੰਗ ਦੇ ਵਿੱਚ ਐਬਸੈਂਟ ਰਹੇ ਆ ਉਹਨਾਂ ਨੂੰ ਦੂਜਾ ਮੌਕਾ ਦਿੱਤਾ ਜਾ ਰਿਹਾ ਹੁਣ ਠੀਕ ਹੈ ਜੀ ਹਾਜ਼ਰ ਹੋਣ ਦਾ ਤੇ ਇਸ ਤੋਂ ਇਲਾਵਾ ਜਿਹੜੇ ਅਦਰ एलिजिਬਲ ਕੈਂਡੀਡੇਟਸ ਆ ਉਹਨਾਂ ਨੂੰ ਮੌਕਾ ਦਿੱਤਾ ਜਾ ਰਿਹਾ ਕਾਉਂਸਲਿੰਗ ਤੇ ਹਾਜ਼ਰ ਹੋਣ ਦਾ ਤੇ ਇਹ ਕਾਉਂਸਲਿੰਗ ਸੈਕੰਡ ਰਾਉਂਡ ਆਫ ਕਾਉਂਸਲਿੰਗ ਹੋਣ ਜਾ ਰਹੀ ਹੈ ਜੀ ਜਿਹੜੀ ਇਹਦੀ ਕੋਆਪਰੇਟਿਵ ਇਨਸਪੈਕਟਰ ਦੀ ਤੇ ਇਹ ਕਾਉਂਸਲਿੰਗ ਹੋਣ ਜਾ ਰਹੀ ਹੈ ਜੀ 11 ਸਤੰਬਰ 2023 ਨੂੰ ਐਡਰੈਸ ਨੋਟ ਕਰ ਲਓ ਇਹ ਹੋਣ ਜਾ ਰਹੀ ਹੈ ਦੋਸਤੋ ਆਫਿਸ ਆਫ ਪੰਜਾਬ ਸਟੇਟ ਕੋਆਪਰੇਟਿਵ ਟ੍ਰੇਨਿੰਗ ਇੰਸਟੀਚਿਊਟ ਪਲਾਟ ਨੰਬਰ 49 ਇੰਡਸਟਰੀਅਲ ਏਰੀਆ ਫੇਜ਼ 1 ਚੰਡੀਗੜ੍ਹ ਦੇ ਵਿੱਚ ਇਥੇ ਕਾਉਂਸਲਿੰਗ ਸੱਦੇ ਸੱਦੇ ਗਏ ਆ ਕੈਂਡੀਡੇਟ ਕਾਉਂਸਲਿੰਗ ਦੇ ਲਈ ਸੈਕੰਡ ਰਾਉਂਡ ਆਫ ਕਾਉਂਸਲਿੰਗ ਹੈ ਜੀ ਇਹ ਕਨਸਰਨਡ ਕੈਂਡੀਡੇਟਸ ਆ ਜਿਹੜੇ ਆਰ ਇਨਫਾਰਮਡ ਟੂ ਅਟੈਂਡ ਸੈਕੰਡ ਕਾਉਂਸਲਿੰਗ ਫਰੋਮ 10am ਟੂ 3pm ਤਾਂ 10 ਵਜੇ ਤੋਂ 3 ਵਜੇ ਤੱਕ ਦੀ ਟਾਈਮਿੰਗ ਹੈ ਜੀ ਤਾਂ ਉਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ ਕਿ ਆਪਣੇ origignal ਸਰਟੀਫਿਕੇਟਸ ਤੇ ਨਾਲ ਇੱਕ ਸੈਟ ਅਟੈਸਟਡ ਫੋਟੋਕਾਪੀਜ਼ ਦਾ ਨਾਲ ਲੈ ਕੇ ਜਾਣ ਤੇ ਜਿਹੜੇ ਜਿਹੜੇ ਕੈਂਡੀਡੇਟਸ ਨੂੰ ਬੁਲਾਇਆ ਗਿਆ ਉਹਨਾਂ ਦੀ ਜਿਹੜੀ ਲਿਸਟ ਆ ਇਹਨਾਂ ਦੀ ਅਫੀਸ਼ੀਅਲ ਵੈਬਸਾਈਟ www. punjabcooperation.punjab.gov.in ਤੇ अवेलेबल ਹੈ ਜੀ ਤੇ ਈਮੇਲ ਵੀ ਕੈਂਡੀਡੇਟਸ ਨੂੰ ਕੀਤੀ ਜਾ ਰਹੀ ਹੈ ਪਰਸਨਲੀ ਜਿਹੜੇ ਜਿਹੜੇ ਕੈਂਡੀਡੇਟਸ ਨੂੰ ਸੱਦਿਆ ਗਿਆ ਉਹ ਆਪਣੀ ਈਮੇਲ ਆਈਡੀ ਚੈੱਕ ਕਰ ਲੈਣ ਠੀਕ ਹੈ ਜੀ ਇਨਬਾਕਸ ਪਲੱਸ ਸਪੈਮ ਦੋਨੋਂ ਫੋਲਡਰ ਚੈੱਕ ਕਰ ਲੈਣ ਤੇ ਕਈ ਵਾਰ ਈਮੇਲ ਲੇਟ ਹੋ ਜਾਂਦੀ ਹੈ ਤਾਂ ਹਲੇ ਵੇਟ ਕਰ ਲੈਣ ਇੱਕ ਦੋ ਇੱਕ ਦੋ ਦਿਨ ਤੇ ਹਲੇ ਵੈਬਸਾਈਟ ਤੇ ਅਪਡੇਟ ਹੋ ਗਿਆ ਜਾਂ ਨਹੀਂ ਹੋ ਗਿਆ ਇਹਦੇ ਲਈ ਵੀ ਵੇਟ ਕਰ ਲੈਣ ਜੇ ਹਲੇ ਨਹੀਂ ਅਪਡੇਟ ਹੋਇਆ ਤਾਂ ਸ਼ਾਮ ਤੱਕ ਜਾਂ ਕੱਲ ਤੱਕ ਅਪਡੇਟ ਕਰ ਲੋ ਵੇਟ ਕਰ ਲੋ ਕੱਲ ਤੱਕ ਅਪਡੇਟ ਹੋ ਜਾਏਗਾ ਕੈਂਡੀਡੇਟ ਦੀ ਲਿਸਟ ਆ ਜਾਏਗੀ ਜਿਨ੍ਹਾਂ ਜਿਨ੍ਹਾਂ ਨੂੰ ਬੁਲਾਇਆ ਗਿਆ ਤੇ ਜਿਨ੍ਹਾਂ ਨੂੰ ਬੁਲਾਇਆ ਗਿਆ ਸਿਰਫ ਉਹਨਾਂ ਨੇ ਹੀ ਪਹੁੰਚਣਾ ਕਿਤੇ ਤੁਸੀਂ ਇਹ ਹੋਵੇ ਵੀ ਤੁਸੀਂ ਪੇਪਰ ਦਿੱਤਾ ਹੋਵੇ ਤੁਸੀਂ ਕਾਉਂਸਲਿੰਗ ਤੇ ਪਹੁੰਚੋ ਉਦਾਂ ਨਹੀਂ ਕਰਨਾ ਤੇ ਇਨ ਕੇਸ ਆਫ ਐਬਸੈਂਸ ਜੇ ਕੋਈ ਐਬਸੈਂਟ ਹੁੰਦਾ ਤਾਂ ਇਹ ਕਹਿੰਦੇ ਮੰਨਿਆ ਜਾਏਗਾ ਕਿ ਇਹ ਕੈਂਡੀਡੇਟ ਇੰਟਰਸਟਿਡ ਨਹੀਂ ਹੈਗਾ ਅਪੁਆਇੰਟਮੈਂਟ ਵਾਸਤੇ ਕਿ ਅਗੇਂਸਟ ਦਾ ਪੋਸਟ ਆਫ ਇਨਸਪੈਕਟਰ ਕੋਆਪਰੇਟਿਵ ਸੁਸਾਇਟੀਆਂ ਤਾਂ ਇਸੀ ਦਾ ਵੀ ਧਿਆਨ ਰੱਖਣਾ ਵੀ ਜੇ ਕੋਈ ਤੁਹਾਨੂੰ ਰੀਜ਼ਨ ਹੈ ਤਾਂ ਹੀ ਤੁਸੀਂ ਕੀਕਾ ਪ੍ਰੋਪਰ ਰੀਜ਼ਨ ਦੇ ਕੇ ਐਬਸੈਂਟ ਹੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਨਹੀਂ ਲੈਣੀ ਪੋਸਟ ਤਾਂ ਓਬਵੀਅਸ ਆ ਵੀ ਤੁਸੀਂ ਨਾ ਜਾਓ ਤੁਸੀਂ ਐਬਸੈਂਟ ਹੋ ਸਕਦੇ ਹੋ ਤੇ ਬਾਕੀ ਦੋਸਤੋ ਇਹ ਜਿਹੜਾ ਨੋਟਿਸ ਜਾਰੀ ਕੀਤਾ ਗਿਆ ਐਡੀਸ਼ਨਲ ਰਜਿਸਟਰਾਰ ਐਡਮਿਨਿਸਟ੍ਰੇਸ਼ਨ ਕੋਆਪਰੇਟਿਵ ਸੁਸਾਇਟੀਆਂ ਵੱਲੋਂ ਜਾਰੀ ਕੀਤਾ ਗਿਆ 19 2023 ਦਾ ਨੋਟਿਸ ਹੈ ਜੀ ਇਹ ਤੇ ਦੋਸਤੋ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਤੱਕ ਜਿਨ੍ਹਾਂ ਨੇ ਪੇਪਰ ਦਿੱਤਾ ਸੀਗਾ ਤੇ ਜਿਹੜੇ ਪਹਿਲਾਂ ਐਬਸੈਂਟ ਰਹੇ ਆ ਫਸਟ ਕਾਉਂਸਲਿੰਗ ਦੇ ਵਿੱਚ ਜਾਂ ਫਿਰ ਕਿਸੇ ਰੀਜ਼ਨ ਕਰਕੇ ਕਾਉਂਸਲਿੰਗ ਅਟੈਂਡ ਨਹੀਂ ਕਰ ਸਕੇ ਠੀਕ ਹੈ ਉਹਨਾਂ ਦਾ ਕਿ ਵੀਡੀਓ ਦਾ ਲਿੰਕ ਜ਼ਰੂਰ ਸ਼ੇਅਰ ਕਰ ਦਿਓ 11 9 2023 ਦੀ ਕਾਉਂਸਲਿੰਗ ਹੈ ਕਿਉਂਕਿ ਜੇ ਕਾਉਂਸਲਿੰਗ ਨਿਬੜੇਗੀ ਫਿਰ ਹੀ ਜਿਹੜੇ ਬਾਕੀ ਕੈਂਡੀਡੇਟਸ ਨੂੰ ਜੁਆਇਨਿੰਗ ਦਾ ਜੁਆਇਨਿੰਗ ਮਿਲੇਗੀ ਤੇ ਬਾਕੀ ਅਪਡੇਟਸ ਜਾਨਣਾ ਬਣੇ ਰਹੋ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ